ਮੈਂ ਅੱਜ ਕਾਲੀਆਂ ਪੱਟੀਆਂ ਤਾਂ ਵੰਡੀਆਂ ਨੇ ਕਿਉਂਕਿ ਸਾਡੇ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹ ਵੀ ਕਾਲੀਆਂ ਪੱਟੀਆਂ ਵੰਡ ਕੇ ਸਰਕਾਰ ਚਲਾ ਰਹੇ ਆ। ਮੈਂ ਅੱਜ ਕੈਪਟਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਜੇ ਅੱਖਾਂ 'ਤੇ ਪੱਟੀ ਬੰਨ ਕੇ ਸਰਕਾਰ ਚਲਾਓਗੇ ਤਾਂ ਮੁੱਦੇ ਮੂੰਹ ਡਿੱਗੋਗੇ। ਅਸੀਂ 6 ਮਹੀਨੇ ਹੋ ਗਏ ਧਰਨਾ ਲਾਉਂਦੇ, ਕਦੇ ਸਿੱਖਿਆ ਮੰਤਰੀ ਕੋਠੀ ਮੂਹਰੇ, ਕਦੇ DC ਦਫ਼ਤਰ, ਕਦੇ ਜਲੰਧਰ, ਯਾਨੀ ਕਦੇ ਮੁੱਲਾਪੁਰ ਚੌਂਕ ਦੇ ਵਿੱਚ, ਪਰ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਨੇ। ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਤੁਹਾਡੇ ਨਾਲੋਂ 100 ਗੁਣਾ ਚੰਗੀ ਤਾਂ ਬਾਦਲ ਸਰਕਾਰ ਸੀਗੀ। ਅਸੀਂ ਇੰਨੇ ਧਰਨੇ ਲਾਤੇ, ਸਾਡਾ ਮੁੰਡਨ ਕਰਵਾਤਾ, ਪਰ ਤੁਸੀਂ ਫਿਰ ਵੀ ਸੁੱਤੇ ਪਏ ਹੋ। ਕੋਈ ਇੱਦਾਂ ਦਾ ਕਾਨੂੰਨ ਬਣਾਓ, ਕੋਈ ਇੱਦਾਂ ਦਾ ਯਾਨੀ ਕਾਨੂੰਨ ਬਣਾਓ ਵੀ ਪ੍ਰਾਈਵੇਟ ਸਕੂਲਾਂ ਜਿਹੜਾ ਮਾਫੀਆ ਹੈਗਾ ਉਹਨੂੰ ਨੱਥ ਪੈ ਜੇ। ਅਤੇ ਜਿਹੜੇ ਸਾਡੇ ਸਿੱਖਿਆ ਮੰਤਰੀ ਜੀ ਹੈਗੇ ਆ ਡਰਾਮੇ ਜੇ ਕਰਦਾ, ਮੈਂ ਸਿੱਖਿਆ ਮੰਤਰੀ ਜੀ ਨੂੰ ਕਹਿੰਦਾ ਵਾਂ 10 ਦਿਨਾਂ ਲਈ ਸਿੱਖਿਆ ਮੰਤਰੀ ਟੀਟੂ ਬਾਣੀ ਨੂੰ ਬਣਾਓ, ਫਿਰ ਦੇਖਿਓ ਕਰਾ ਆ ਪ੍ਰਾਈਵੇਟ ਜਿਹੜਾ ਮਾਫੀਆ ਹੈਗਾ ਮੂਹਰੇ ਮੂਹਰੇ ਅਤੇ ਟੀਟੂ ਬਾਣੀ ਪਿੱਛੇ ਪਿੱਛੇ ਇੱਦਾਂ ਭੱਜੂ, ਇੱਦਾਂ ਗੇਮ ਖੇਡਾਂਗੇ, ਕਿਉਂਕਿ ਸਾਡੀ ਸਰਕਾਰਾਂ ਦੀ ਨੀਤ ਸਾਫ਼ ਨਹੀਂ। ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮਾਪਿਆਂ ਨੂੰ ਸਕੂਲਾਂ ਦੀਆਂ ਫੀਸਾਂ ਅਦਾ ਕਰਨ ਦੇ ਫੈਸਲੇ ਤੋਂ ਬਾਅਦ ਲਗਾਤਾਰ ਇਸ ਦਾ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ। ਟੀਟੂ ਬਾਣੀਆ ਲਗਾਤਾਰ ਇਸ ਮੁੱਦੇ ਤੇ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰ ਚੁੱਕੇ ਅਤੇ ਹੁਣ ਉਹ ਲੁਧਿਆਣਾ ਦੇ ਮੁੱਲਾਂਪੁਰ ਚੌਂਕ 'ਚ ਬੈਠ ਕੇ ਅੱਖਾਂ 'ਤੇ ਪੱਟੀਆਂ ਬੰਨ੍ਹ ਕੇ ਸਿੱਖਿਆ ਮੰਤਰੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਖਿਲਾਫ ਧਰਨੇ ਦੇ ਰਹੇ ਨੇ। ਟੀਟੂ ਬਾਣੀਆ ਨੇ ਕਿਹਾ ਕਿ ਸੁੱਤੀ ਹੋਈ ਕੈਪਟਨ ਸਰਕਾਰ ਨੂੰ ਜਗਾਉਣ ਉਹਨਾਂ ਨੇ ਅੱਖਾਂ 'ਤੇ ਕਾਲੀਆਂ ਪੱਟੀਆਂ ਬੰਨੀਆਂ ਹਨ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਨਾਲੋਂ ਤਾਂ ਬਾਦਲ ਦੀ ਸਰਕਾਰ ਚੰਗੀ ਸੀ। ਟੀਟੂ ਬਾਣੀਆ ਨੇ ਕਿਹਾ ਕਿ ਕੁਝ ਦਿਨ ਲਈ ਉਸ ਨੂੰ ਪੰਜਾਬ ਦਾ ਸਿੱਖਿਆ ਮੰਤਰੀ ਬਣਾ ਦਿੱਤਾ ਜਾਵੇ ਤਾਂ ਫਿਰ ਵੇਖੋ ਕਿਵੇਂ ਨਿੱਜੀ ਸਕੂਲ ਮਾਫੀਆ ਨੂੰ ਮੈਂ ਅੱਗੇ ਅੱਗੇ ਲਾਉਂਦਾ ਹਾਂ। ਟੀਟੂ ਬਾਣੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਆਪਣੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਨਾ ਕਰਵਾਓ ਕਿਉਂਕਿ ਨਿੱਜੀ ਸਕੂਲਾਂ ਵੱਲੋਂ ਲੁੱਟ ਖਸੁੱਟ ਕਰਨ ਦਾ ਇਹ ਇੱਕ ਨਵਾਂ ਜ਼ਰੀਆ ਅਖਤਿਆਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ 1 ਸਾਲ ਬੱਚਿਆਂ ਦਾ ਖਰਾਬ ਹੁੰਦਾ ਹੈ ਤਾਂ ਕੋਈ ਗੱਲ ਨਹੀਂ। ਪੰਜਾਬ ਦੀ ਕੈਪਟਨ ਸਰਕਾਰ ਤੇ ਵੜਦਿਆਂ ਟੀਟੂ ਬਾਣੀਆ ਨੇ ਕਿਹਾ ਕਿ ਸਰਕਾਰ ਅੱਖਾਂ ਮੀਚ ਕੇ ਬੈਠੀ ਹੈ ਅਤੇ ਛੋਟੇ ਛੋਟੇ ਵਿਦਿਆਰਥੀ ਆਪਣੀਆਂ ਫੀਸਾਂ ਨੂੰ ਲੈ ਕੇ ਚਿੰਤਤ ਅਤੇ ਮਾਪੇ ਪਰੇਸ਼ਾਨ ਨੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਕਾਲੀਆਂ ਪੱਟੀਆਂ ਤਾਂ ਵੰਡੀਆਂ ਨੇ ਕਿਉਂਕਿ ਸਾਡੇ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹ ਵੀ ਕਾਲੀਆਂ ਪੱਟੀਆਂ ਵੰਡ ਕੇ ਸਰਕਾਰ ਚਲਾ ਰਹੇ ਆ। ਮੈਂ ਅੱਜ ਕੈਪਟਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਜੇ ਅੱਖਾਂ 'ਤੇ ਪੱਟੀ ਬੰਨ ਕੇ ਸਰਕਾਰ ਚਲਾਓਗੇ ਤਾਂ ਮੁੱਦੇ ਮੂੰਹ ਡਿੱਗੋਗੇ। ਜੇ ਮੈਂ ਇੱਥੋਂ ਤੁਰ ਕੇ ਦੂਰ ਤੱਕ ਜਾਊਂਗਾ ਤਾਂ ਮੈਂ ਵੀ ਮੁੱਦੇ ਮੂੰਹ ਡਿੱਗੂੰਗਾ। ਇਸ ਕਰਕੇ ਮੈਂ ਕੈਪਟਨ ਸਰਕਾਰ ਨੂੰ ਬੇਨਤੀ ਕਰਨਾ ਵਾਂ ਵੀ ਪ੍ਰਾਈਵੇਟ ਸਕੂਲ ਜਿਹੜਾ ਮਾਫੀਆ ਵਾ ਉਹ 'ਤੇ ਕਾਨੂੰਨ ਬਣਾਇਆ ਜਾਵੇ ਕਿਉਂਕਿ ਪ੍ਰਾਈਵੇਟ ਸਕੂਲ ਮਾਫੀਆ ਜਿਹੜਾ ਹੈਗਾ ਵਾ ਸਾਨੂੰ ਬਹੁਤ ਲੁੱਟ ਰਿਹਾ ਵਾ। ਅਸੀਂ 6 ਮਹੀਨੇ ਹੋ ਗਏ ਧਰਨਾ ਲਾਉਂਦੇ, ਕਦੇ ਸਿੱਖਿਆ ਮੰਤਰੀ ਕੋਠੀ ਮੂਹਰੇ, ਕਦੇ DC ਦਫ਼ਤਰ, ਕਦੇ ਜਲੰਧਰ, ਯਾਨੀ ਕਦੇ ਮੁੱਲਾਪੁਰ ਚੌਂਕ ਦੇ ਵਿੱਚ, ਪਰ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਨੇ। ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਤੁਹਾਡੇ ਨਾਲੋਂ 100 ਗੁਣਾ ਚੰਗੀ ਤਾਂ ਬਾਦਲ ਸਰਕਾਰ ਸੀਗੀ ਕਿਉਂਕਿ ਅਸੀਂ ਇੰਨੇ ਧਰਨੇ ਲਾਤੇ, ਸਾਡਾ ਮੁੰਡਨ ਕਰਵਾਤਾ, ਪਰ ਤੁਸੀਂ ਫਿਰ ਵੀ ਸੁੱਤੇ ਪਏ ਹੋ। ਕੋਈ ਇੱਦਾਂ ਦਾ ਕਾਨੂੰਨ ਬਣਾਓ, ਕੋਈ ਇੱਦਾਂ ਦਾ ਯਾਨੀ ਕਾਨੂੰਨ ਬਣਾਓ ਵੀ ਪ੍ਰਾਈਵੇਟ ਸਕੂਲਾਂ ਜਿਹੜਾ ਮਾਫੀਆ ਹੈਗਾ ਉਹਨੂੰ ਨੱਥ ਪੈ ਜੇ। ਕੱਲ੍ਹ ਇੱਕ ਮੈਨੂੰ ਛੋਟਾ ਜਵਾਕ ਮਿਲਣ ਆਇਆ, ਮੈਨੂੰ ਕਹਿੰਦਾ ਟੀਟੂ ਅੰਕਲ ਕੈਪਟਨ ਚਾਚੂ ਫੀਸਾਂ ਮਾਫ਼ ਕਰ ਦੇਣਗੇ। ਮੈਂ ਕਿਹਾ ਪੁੱਤ ਉਹਨੇ ਫੀਸਾਂ ਤਾਂ ਮਾਫ਼ ਕੀਤੀਆਂ ਨਹੀਂ, ਉਹਨੇ ਤਾਂ ਫੀਸਾਂ ਵਧਾ ਦਿੱਤੀਆਂ ਨੇ ਕਿਰਾ। ਅਤੇ ਮੈਂ ਉਹਨੂੰ ਅੱਜ ਬੱਚੇ ਨੂੰ ਅੱਜ ਬੇਨਤੀ ਕਰਕੇ ਆਇਆ ਵਾਂ ਵੀ ਅੱਜ ਤੇਰੇ ਕੈਪਟਨ ਚਾਚੂ ਨੂੰ ਫਿਰ ਜਗਾਊਂਗਾ। ਜਗਾਉਣ ਵਾਸਤੇ ਮੈਂ ਢੋਲ ਲੈ ਕੇ ਆਇਆ ਵਾਂ, ਅੱਖਾਂ 'ਤੇ ਕਾਲੀਆਂ ਪੱਟੀਆਂ ਬੰਨ ਕੇ ਆਇਆ ਵਾਂ। ਮੈਂ ਸਿੱਖਿਆ ਮੰਤਰੀ ਨੂੰ ਵੀ ਬੇਨਤੀ ਕਰਦਾ ਵਾਂ ਵੀ ਡਰਾਮੇ ਨਾ ਕਰੋ,
ਤੁਸੀਂ ਮਤਾ ਪਾਸ ਕਰੋ, ਕਿਉਂਕਿ ਇਹਨਾਂ ਨੇ ਕਾਪੀਆਂ ਕਿਤਾਬਾਂ ਵੀ ਵੇਚੀਆਂ ਹੱਦੋਂ ਵੱਧ। ਹੁਣ ਖੁੱਲ੍ਹ ਕੇ ਲੋਕਾਂ ਨੂੰ ਫੋਨ ਕਰ ਰਹੇ ਨੇ ਵੀ ਅਡਮੀ ਫੀਸਾਂ ਦਿਓ, ਐਡਮਿਸ਼ਨ ਫੀਸਾਂ ਦਿਓ, ਬੱਸ ਕਿਰਾਇਆ ਦਿਓ। ਨਹੀਂ, ਫੈਸਲਾ ਹੱਕ ਦੇ ਵਿੱਚ ਆਇਆ ਵਾ, ਉਹ ਅਸੀਂ ਗੱਲ ਮੰਨਦੇ ਹਾਂ, ਕਿਉਂਕਿ ਮਾਣਯੋਗ ਹਾਈ ਕੋਰਟਾਂ ਕੋਲ ਮਾਪਿਆਂ ਦੀ ਅਪੀਲ ਸਹੀ ਤਰੀਕੇ ਨਾਲ ਲੱਗੀ ਨਹੀਂ, ਕਿਉਂਕਿ ਗਲਤੀ ਸਾਡੀ ਸਰਕਾਰਾਂ ਦੀ ਗਲਤੀ ਹੈ ਸਾਰੀ ਗ੍ਰਾਂ ਸਾਡੀ ਗ੍ਰਾਂ। ਅੱਜ ਅਸੀਂ ਸਰਕਾਰਾਂ ਨੂੰ ਜਗਾਉਣ ਦੀ ਖਾਤਰ ਆਏ ਹਾਂ, ਅਤੇ ਜਿਹੜਾ ਸਾਡੇ ਸਿੱਖਿਆ ਮੰਤਰੀ ਜੀ ਹੈਗੇ ਆ ਡਰਾਮੇ ਜੇ ਕਰਦਾ, ਮੈਂ ਸਿੱਖਿਆ ਮੰਤਰੀ ਜੀ ਨੂੰ ਕਹਿੰਦਾ ਵਾਂ 10 ਦਿਨਾਂ ਲਈ ਸਿੱਖਿਆ ਮੰਤਰੀ ਟੀਟੂ ਬਾਣੀ ਨੂੰ ਬਣਾਓ, ਫਿਰ ਦੇਖਿਓ ਗਰਾਂ। ਆ ਪ੍ਰਾਈਵੇਟ ਜਿਹੜਾ ਮਾਫੀਆ ਹੈਗਾ ਮੂਹਰੇ ਅਤੇ ਟੀਟੂ ਬਾਣੀ ਪਿੱਛੇ ਇੱਦਾਂ ਭੱਜੂ, ਇੱਦਾਂ ਗੇਮ ਖੇਡਾਂਗੇ, ਕਿਉਂਕਿ ਸਾਡੀ ਸਰਕਾਰਾਂ ਦੀ ਨੀਤ ਸਾਫ਼ ਨਹੀਂ ਆ। ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਵੀ ਕੁੱਤੀ ਚੋਰਾਂ ਨਾਲ ਰਲ ਗਈ, ਅਤੇ ਜਿਹੜੇ ਚੋਰ ਹੈਗੇ ਆ ਕੁੱਤੀ ਨਾਲ ਰਲੇ ਹੋਏ ਆ, ਸਾਡੀ ਸਰਕਾਰਾਂ ਦੀਆਂ ਨੀਤਾਂ ਸਾਫ਼ ਨਹੀਂ ਆ। ਅੱਜ ਤੱਕ ਸਾਨੂੰ ਪਤਾ ਹੀ ਨਹੀਂ ਆ ਵੀ ਸਕੂਲ ਖੁੱਲ੍ਹਣਗੇ ਕਦੋਂ, ਉਹ ਘਰ ਬੈਠੇ ਕਿਵੇਂ ਫੀਸਾਂ ਦੇ ਦਈਏ। ਅਤੇ ਨਾਲੇ ਮੈਂ ਮਾਪਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ, ਆਪਣੇ ਬੱਚਿਆਂ ਨੂੰ ਔਨਲਾਈਨ ਸਟੱਡੀ ਨਾ ਕਰਵਾਓ, ਪੜ੍ਹਾਈ ਨਾ ਕਰਵਾਓ। ਤੁਹਾਡੇ ਨਹੀਂ ਭਵਿੱਖ ਕਿਤੇ ਨਹੀਂ ਖਰਾਬ ਹੁੰਦਾ, ਇੱਕ ਸਾਲ ਜੇ ਨਾ ਜਾਣਗੇ ਕੀ ਭਵਿੱਖ ਖਰਾਬ ਹੋ ਜੂਗਾ, ਬੱਚੇ ਦਾ ਦਿਮਾਗ ਬਹੁਤ ਹੁੰਦਾ ਵਾ। ਜੇ ਤੁਸੀਂ ਔਨਲਾਈਨ ਸਟੱਡੀ ਕਰਵਾਓਗੇ ਤੁਹਾਡੇ ਬੱਚੇ ਦੀਆਂ ਅੱਖਾਂ ਖਰਾਬ ਹੋ ਜਾਣੀਆਂ, ਸਿਹਤ ਖਰਾਬ ਹੋਜੂ, ਅਤੇ ਤੁਹਾਡੇ ਬੱਚੇ ਮੋਬਾਈਲਾਂ 'ਤੇ ਲੱਗ ਜਾਣਗੇ, ਮੋਬਾਈਲਾਂ 'ਤੇ ਬਹੁਤ ਜ਼ਿਆਦਾ ਗੰਦ ਫੈਲ ਪਿਆ ਵਾ ਜਿਹੜਾ ਹੈਗਾ। ਤੁਹਾਡੇ ਬੱਚੇ ਗੇਮਾਂ 'ਚ ਲੱਗ ਜਾਣਗੇ, ਤੁਹਾਡੇ ਯਾਨੀ ਬੱਚਿਆਂ ਦੀਆਂ ਆਦਤਾਂ ਖਰਾਬ ਹੋ ਜਾਣੀਆਂ ਨੇ। ਅਤੇ ਤੁਸੀਂ ਸਕੂਲਾਂ ਵਾਲਿਆਂ ਨੂੰ ਕਹਿ ਦਿਓ ਵੀ ਅਸੀਂ ਇਸ ਸਾਲ ਬੱਚਾ ਪੜ੍ਹਾਉਣਾ ਨਹੀਂ ਆ, ਕਿਉਂਕਿ ਕਰੋਨਾ ਮਹਾਂਮਾਰੀ ਕਰਕੇ ਅਸੀਂ ਬੱਚੇ ਭੇਜਣੇ ਨਹੀਂ ਆ। ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਮੈਂ ਫੀਸਾਂ ਮਾਫ਼ ਕੀਤੀ ਜਾਣ। ਸਰਕਾਰਾਂ ਨੇ ਤਾਂ ਗੱਲ ਕਹੀ, ਸਰਕਾਰ ਨੇ ਗੱਲ ਕਹੀ ਹੈ ਅਸੀਂ ਪੱਕ ਦੁਬਾਰਾ ਰੱਖਾਂਗੇ ਡਬਲ ਬੈਂਚ ਦੇ। ਮੈਨੂੰ ਸਰਕਾਰਾਂ ਦਾ ਯਕੀਨ ਨਹੀਂ ਆ ਜੀ, ਮੈਂ ਤਾਂ ਕਹਿੰਦਾ ਕਾਨੂੰਨ ਬਣਾ ਦਿਓ ਕੋਈ, ਕੀ ਤਾਂ ਸਰਕਾਰ ਡਬਲ ਹੀ ਨਾ ਕਰਦਾ ਕਰਾਂ ਵੀ ਕਰੋਨਾ ਮਹਾਂਮਾਰੀ ਆ, ਵੀ ਪ੍ਰਾਈਵੇਟ ਜਿਹੜਾ ਸਕੂਲ ਆ ਉਹਨਾਂ ਨੂੰ ਘਾਟਾ ਵੱਧ ਪੈ ਗਿਆ ਅਤੇ ਸਕੂਲ ਵਾਲੇ ਡਬਲ ਫੀਸਾਂ ਦੇਣਗੇ। ਮੈਨੂੰ ਸਰਕਾਰਾਂ 'ਤੇ ਵਿਸ਼ਵਾਸ ਨਹੀਂ ਆ, ਮੈਂ ਤਾਂ ਕਹਿੰਦਾ ਕਾਨੂੰਨ ਬਣਾਇਆ ਜਾਵੇ, ਇਹਨਾਂ ਦੀ ਠੱਗੀਆਂ ਚੋਰੀਆਂ ਜਿਹੜੇ ਕਰ ਰਹੇ ਆ ਉਹਨਾਂ ਸਕੂਲਾਂ 'ਤੇ ਨੱਥ ਪਾਈ ਜਾਵੇ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ, ਏਵਨ ਪੰਜਾਬੀ। ਬਿਲਕੁਲ ਸੱਚ, ਜੋਤਿਸ਼ ਇੱਕ ਵਿੱਦਿਆ, ਇੱਕ ਸਾਇੰਸ। ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੇਂਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਹੋ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਰੋਹਿਤ ਜੋਸ਼ੀ, ਜੋ ਕਰਦੇ ਨੇ ਫ੍ਰੀ ਸੇਵਾ ਫ੍ਰੀ ਸਮਾਧਾਨ। 99968 26004।